ਵੈਲਕਮ ਟੂ ਸ਼ਾਦੀ ਵਲੌਗਸ ਤੇ ਕਿੱਦਾਂ ਹੋ ਸਾਰੇ ਮੈਂ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਗੇ ਤੇ ਸਭ ਦੇ ਦਿਨ ਬਹੁਤ ਵਧੀਆ ਜਾ ਰਹੇ ਹੋਣਗੇ ਤੇ ਅੱਜ ਸਿਰਫ ਅੱਧਾ ਘੰਟਾ ਰਹਿ ਗਿਆ ਨਿਊ ਈਅਰ ਚਾਲੂ ਹੋਣ 'ਚ 2020 ਹੋਣ ਲੱਗਾ ਤੇ ਆਪਾਂ ਸਾਰੇ ਤਿਆਰ ਹੋ ਕੇ ਪਾਰਟੀ ਤੋਂ ਕਰਨੇ ਨਹੀਂ ਜਾ ਰਹੇ ਹਮ ਜਾ ਰਹੇ 2019 ਜਾ ਰਹਾ ਹੈ 2020 ਆ ਰਹਾ ਹੈ ਵਰਲਡ ਕੱਪ ਵੀ ਆ ਰਹਾ ਹੈ 2020 ਸਭ ਮਿਲ ਕੇ 2020 ਦਾ ਸਵਾਗਤ ਕਰੇ ਹਾਂ ਤੇ ਆਪਾਂ ਜਾ ਰਹੇ ਹਾਂ ਗੁਰਦੁਆਰੇ ਜਾ ਮੈਂ ਪੜ੍ਹਦਾ ਥਾ ਮਾਤਾ ਗੁਜਰੀ ਪਬਲਿਕ ਸਕੂਲ ਤੋਂ ਉਸੀ ਵਾਈਮ ਪੇ ਮੇਰੇ ਸਕੂਲ ਮੇਂ ਹੀ ਗੁਰਦੁਆਰਾ ਹੈ ਤੋ ਹਮ ਵਹੀਂ ਜਾ ਰਹੇ ਹੈ ਸੋ ਚਲਤੇ ਹੈ ਆਪਕੋ ਵੀ ਲੈ ਕੇ ਚਲਤੇ ਹੈ ਤੋ ਲੈਟ ਸੈਲੀਬ੍ਰੇਟ 2020 ਟੁਗੇਦਰ ਨਿਊ ਈਅਰ ਆਪ ਸਭ ਕੇ ਲੀਏ ਭਾਗਾਂ ਭਰਿਆ ਚੜੇ ਯੇ ਜੈਸੇ ਨਿਊਜ਼ ਰਿਪੋਰਟਰ ਨਹੀਂ ਹੋਤੇ ਦੂਰਦਰਸ਼ਨ ਵਾਲੇ ਸਭ ਕੋ ਖੁਸ਼ੀਆਂ ਦੇ ਸਭ ਕੇ ਕਾਰੋਬਾਰ ਬਣਾਏ ਯੇ ਤੋ ਆਪ आधे घंटे बाद कह दो ना अभी कह देना ठीक है 2020 आ रहा है इसका स्वागत करते हैं मिल के सारे आओ चलो 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 ठीक लग रहा हूँ मैं नहीं लग रहा ठीक नहीं लग रहा ना ना आप भी ऐसे लग रहे ठीक है ना कैसे तो अच्छा लग रहा हूँ रहन दो दे आप चलते हैं तो रहन दे रहन मम्मी चौड़ी होगी मैं अच्छी लग रही हूँ मम्मी दिखी नहीं रही मम्मी नहीं बोल रही मम्मी नहीं बोल रही तो चलो आप चलते हैं तो सेलिब्रेट करते हैं फिर फन कर हमने तो इसी फन करो चलो हम जा रहे हैं गुरुद्वारे बता आए साल गुरुद्वारे जाते हैं रात को बाबा जी की गोद में वहाँ कीर्तन सुनेंगे बैठ के वही नया साल मनाएंगे सारे चले आगे कुछ और आगे हाँ जी सो आप अपने स्कूल पहुंच गए हैं तो ये साइड में अभी धुंध है ये मेरा स्कूल है साइड में माता गुजरी पब्लिक स्कूल ये देख सकते हो आप ਇਹ ਸਾਹਮਣੇ ਗੁਰਦੁਆਰਾ ਸਾਹਿਬ ਹੈ ਪੂਰਾ ਡੈਕੋਰੇਟ ਹੋਇਆ ਹੋਇਆ ਹੈ ਰਸ਼ ਵੀ ਪੂਰਾ ਹੈ ਬਸ 20 ਮਿੰਟ ਰਹਿ ਗਏ ਨੇ ਨਿਊ ਈਅਰ ਸਟਾਰਟ ਹੋਣ 'ਚ ਅਤੇ ਅੰਦਰ ਚੱਲਦੇ ਹਾਂ ਸੋ ਮੈਂ ਆਪਣੇ ਸਕੂਲ ਵੀ ਬੜੇ ਟਾਈਮ ਬਾਅਦ ਆਇਆ ਹਾਂ ਅੰਦਰ ਚੱਲਦੇ ਦੇਖਦੇ ਕੋਈ ਸਕੂਲ ਦਾ ਮਿਲਦਾ ਨਹੀਂ ਮਿਲਦਾ ਇਹ ਦੇਖੋ ਪੂਰਾ ਡੈਕੋਰੇਟ ਹੋਇਆ ਹੋਇਆ ਵਧੀਆ ਹੈਪੀ ਨਿਊ ਈਅਰ ਸਟਾਰਟ ਹੋਣੇ ਵਾਲਾ ਬਸ ਵੱਡੀ ਗੱਲ ਕੀ ਹੈ ਅੱਜ ਦੀ ਕਿ ਅੱਜ ਨਿਊ ਈਅਰ ਹੈ ਨਾ ਤਾਂ ਮੈਂ 2 ਸਾਲ ਬਾਅਦ ਆਪਣੀ ਫੈਮਿਲੀ ਕੇ ਸਾਥ ਨਿਊ ਈਅਰ ਸੈਲੀਬ੍ਰੇਟ ਕਰ ਰਹਾ ਹਾਂ ਪਿਛਲੇ 2 ਵਾਰ ਮੈਂ ਕੈਨੇਡਾ ਮੇਂ ਸੈਲੀਬ੍ਰੇਟ ਕੀਆ ਥਾ ਸੋ ਆਫਟਰ 2 ਈਅਰਸ ਆਈ ਐਮ ਸੈਲੀਬ੍ਰੇਟਿੰਗ ਵਿਦ ਦੈਮ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਸੋ ਅੱਗੇ ਜੋ ਪਾਪਾ ਨੇ ਪਹਿਲੇ ਬੋਲ ਚੁੱਕੇ ਥੇ ਤਾਂ ਉਹੀ ਕਾਪੀ ਪੇਸ ਕਿ ਸਭ ਦਾ ਨਵਾਂ ਸਾਲ ਬਹੁਤ ਵਧੀਆ ਜਾਏ ਜੋ ਕਰਦੇ ਨੇੜੇ ਆ ਜੋ ਕਰਦੇ ਦੂਰ ਹੈ ਦੂਰ ਨਹੀਂ ਦੂਰ ਹੈ ਸਭ ਨੂੰ ਖੁਸ਼ੀਆਂ ਭਰਿਆ ਚੜੇ ਨਵਾਂ ਸਾਲ ਸਭ ਨੂੰ ਖੁਸ਼ੀਆਂ ਦੇ ਅਤੇ ਸਭ ਨੂੰ ਹੈਪੀ ਨਿਊ ਈਅਰ ਵਾਰ ਵਾਰ ਮੈਂ ਉਹੀ ਕਹਿ ਰਿਹਾ ਕਿ ਹੈਪੀ ਨਿਊ ਈਅਰ ਦਾ ਵਲੌਗ ਹੈ ਸੋ ਬਹੁਤ ਵਧੀਆ ਫੀਲਿੰਗਸ ਆਏ ਗੁਰਦੁਆਰੇ ਜਾ ਕੇ ਫੀਲਿੰਗਸ ਮਤਲਬ ਉਹ ਤਾਂ ਵਧੀਆ ਹੁੰਦਾ ਹੀ ਹੈ ਗੁਰਦੁਆਰੇ ਜਾਓ ਸੋ ਆਪਾਂ ਹੁਣ ਦੇਖਦੇ ਹਾਂ ਕੀ ਕਰਦੇ ਹਾਂ ਅਤੇ ਤੁਸੀਂ ਜੁੜੇ ਰਹੋ ਸਾਡੇ ਨਾਲ ਅਤੇ ਕੁਛ ਨਾ ਕੁਛ ਤਾਂ ਕਰਾਂਗੇ ਹਾਂਜੀ ਸੋ ਆਪਾਂ ਆ ਗਏ ਹਾਂ ਘਰੇ ਗੁਰਦੁਆਰੇ ਤੋਂ ਅਤੇ ਹੁਣ ਆਪਾਂ ਕਰਦੇ ਹਾਂ ਵਲੌਗ ਨੂੰ ਖਤਮ ਮੈਂ ਵਲੌਗ ਨਹੀਂ ਸੀਗਾ ਵੀਡੀਓ ਸੀ ਛੋਟੀ ਜਿਹੀ ਤਾਂ ਕਿ ਮੈਂ ਜਿਹੜਾ ਮੇਰਾ ਹੈਪੀ ਨਿਊ ਈਅਰ ਦੀ ਵਿਸ਼ ਹੈ ਜੋ ਮੇਰੀ 27,000 ਦੀ ਫੈਮਿਲੀ ਉਹਨਾਂ ਤੱਕ ਪਹੁੰਚ ਜਾਏ ਕਿਉਂਕਿ ਵਲੌਗ ਮੈਂ ਪੂਰਾ ਬਣਾ ਨਹੀਂ ਪਾਇਆ ਤੇ ਛੋਟੀ ਜਿਹੀ ਵੀਡੀਓ ਹੈ ਸਭ ਨੂੰ ਤੁਹਾਨੂੰ ਹੈਪੀ ਨਿਊ ਈਅਰ ਵਿਸ਼ ਕਰਦੇ ਹੋਏ ਤੇ ਤੁਹਾਡਾ ਸਭ ਦਾ ਨਵਾਂ ਸਾਲ ਵਧੀਆ ਜਾਏ ਤੇ ਆਪਾਂ ਕਰਦੇ ਹਾਂ ਇਸ ਵੀਡੀਓ ਨੂੰ ਖਤਮ ਤੁਹਾਨੂੰ ਫਿਰ ਮਿਲਦੇ ਹਾਂ 2020 'ਚ ਤੇ ਲਵ ਯੂ ਆਲ ਧਿਆਨ ਰੱਖਣਾ ਸਾਰੇ ਆਪਣਾ ਤੇ ਹੈਪੀ ਨਿਊ ਈਅਰ